ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਹਾਉ ਮੁਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਆਪਾਂ ਤੁਹਾਨੂੰ ਇੱਕ ਮੱਝ ਦੀ ਪੂਰੀ ਚਵਾਈ ਦਿਖਾਵਾਂਗੇ ਦੋ ਮੱਝਾਂ ਨੇ ਆਪਣੇ ਕੋਲ ਸੇਲ ਵਾਸਤੇ ਇੱਕ ਤੀਜੀ ਸੂਇਆ ਇੱਕ ਦੂਜੀ ਸੂਇਆ ਇਹ ਮੱਝ ਦੀ ਚਵਾਈ ਦਿਖਾਵਾਂਗੇ ਬਿਲਕੁਲ ਸਾਫ਼ ਅਡਰਾ ਥੋੜਾ ਜਿਹਾ ਜਮਾ ਬੇਮਲੂਮਾ ਜਾ ਉਤਲੇ ਪਾਸੇ ਥੋੜਾ ਜਿਹਾ ਸਾਈਡ ਜੇ ਬਾੜੀ ਗੌਰ ਨਾਲ ਦੇਖੀ ਤਾਂ ਉਨੀ ਕੀ ਜਾ ਫਰਕ ਦਿਖਾਉਂਦੀ ਆ ਦੁੱਧ ਬਿਲਕੁਲ ਬਰੋਬਰ ਆ ਮੰਗਰੇ ਦੇ ਕੱਟਾ 20 ਦਿਨਾਂ ਦੇ ਲਗਭਗ ਸੂਈ ਵੀ ਇਹੇ ਬਿਲਕੁਲ ਕੁੰਡਾ ਸਿੰਘਾ ਨਾਂ ਵਾਲੀ ਰਾਜੀਆ ਤੇ ਨਾਂ ਵਾਲੀ ਲਿਸੀਆ ਵਿਚਾਲੜਾ ਮੇਲਾ ਦੁੱਧ ਵੀ ਇਹਦੇ ਸੱਟ 18 ਕਿਲੋ ਦੇ ਲਗਭਗ ਦੁੱਧ ਤਿਆਰ ਆਗਾ ਪੂਰੀ ਚਵਾਈ ਦਿਖਾਵਾਂਗੇ ਵੀਡੀਓ ਦੀ ਵੀਡੀਓ ਚ ਆਪਾਂ ਇਹ ਕੇ ਝੁੱਟੀ ਆ 6 ਦੰਦ ਦਾ ਇਹਦੀ ਆਪਾਂ ਜਦੋਂ ਦੁੱਧ ਤਿਆਰ ਹੋ ਗਿਆ ਨੂੰ ਹਜੇ 2 ਦਿਨ ਹੀ ਹੋਏ ਨੇ ਆਪਣੇ ਕੋਲੇ ਆਈ ਨੂੰ 11 ਤਰੀਕ ਨੂੰ ਸ਼ਾਮ ਨੂੰ ਹੀ ਆਈ ਸੀ ਆਪਣੇ ਕੋਲੇ ਆ 10 ਤਰੀਕ ਨੂੰ ਸ਼ਾਮ ਨੂੰ ਆਈ ਸੀ ਸਾਫ਼ ਅੱਡਰਾ ਬਿਲਕੁਲ ਹੁਣ ਸਫਰ ਚ ਆਉਂਦੀ ਦਾ ਵੀ 17 ਕਿਲੋ ਦੁੱਧ ਦਾ ਲਗਭਗ ਤਿਆਰ ਆ 20 ਦਿਨਾਂ ਦੇ ਲਗਭਗ ਸੂਈ ਵੀ ਹੈਗੀ ਹੈ ਇਹ 6 ਦੰਦ ਝੁੱਟੀ ਹੈਗੀ ਇਹ ਜਦ ਦੁੱਧ ਤਿਆਰ ਹੋ ਗਿਆ ਉਹਦੀ ਵੀ ਵੀਡੀਓ ਪਾਵਾਂਗੇ ਇਹ ਜੇ ਆਪਾਂ ਤੁਹਾਨੂੰ ਮੱਝ ਦੀ ਜਿਹੜੀ ਤੀਜੀ ਸੂਏ ਹੈਗੀ ਆ ਆਪਾਂ ਪੂਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਤੀਜੀ ਸੂਏ ਆ ਪੂਰਾ ਖੁੱਲਾ ਕਰਦਾ ਬਿਲਕੁਲ ਠੰਡੀ ਮੱਝ ਆ ਗਈ ਜਮਾ ਪੂਰੀ ਦੁੱਧ ਦੀ ਚਵਾਈ ਦਿਖਾਵਾਂਗੇ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਇਹਦਾ ਰੇਟ ਹੈਗਾ 1,05,000 ਰੁਪਇਆ ਜਿਹੜੀ ਦੂਜੀ ਸੂਏ ਝੋਟੀ ਹੈਗੀ ਉਹਦਾ ਰੇਟ ਹੈਗਾ 1,50,000 ਰੁਪਇਆ ਪੂਰਾ ਇਹਨਾਂ ਬੱਚਾ ਛੱਡਦਾ ਆਪਾਂ ਵੇਚ ਆਪਣੇ ਕੋਲੇ ਵੀਰ ਦੇਖਣ ਵੀ ਆ ਰਹੇ ਨੇ ਮੱਝਾਂ ਚਵਾਈ ਵੀ ਆਪਾਂ ਥੋੜੀ ਜਿਹੀ ਵੀਡੀਓ ਰੋਕਤੀ ਸੀਗੀ ਫਿਰ ਵੱਡੀ ਬਣ ਜਾਂਦੀ ਹੈ ਵੀਡੀਓ ਹੁਣ ਮੱਝ ਪਾਸਮਗੀ ਬਿਲਕੁਲ ਬਿਲਕੁਲ ਨਰਮ ਚਵਾਈ ਆ ਗਈ ਕੱਲ ਵੀ ਆਪਾਂ ਇਹਦੀ ਗਰੁੱਪ ਚ ਵੀਡੀਓ ਪਾਈ ਸੀਗੀ ਕੱਲ ਇਹਦਾ ਆਪਾਂ 16 ਕਿਲੋ ਤੋਂ ਬਾਹਰ 17 ਕਿਲੋ ਦੇ ਅੰਦਰ ਦੁੱਧ ਦੱਸਿਆ ਸੀਗਾ ਆਪਣੇ ਗਰੁੱਪ ਚ ਜਿੰਨੇ ਵੀ ਵੀਰ ਜੁੜੇ ਹੋਏ ਨੇ ਰੋਜ਼ ਇਹ ਮੱਝ 7-800 ਗ੍ਰਾਮ ਦੁੱਧ ਬੱਦ ਰਹੀ ਆ ਤਿੰਨ ਰਾਤਾਂ ਚਾਰ ਦਿਨ ਹੋ ਗਏ ਨੂੰ ਆਪਣੇ ਕੋਲੇ ਆਈ ਨੂੰ ਇਹ ਦੇਖੋ ਬਾਲਟੀ ਬਿਲਕੁਲ ਖਾਲੀ ਕਰਤੀ ਇਹ ਵੀਰ ਆਪਣੇ ਕੋਲੇ ਆਏ ਸੀਗੇ ਮਾ ਚਲੋ ਤੁਸੀਂ ਦੇਖ ਵੀ ਲਓ ਚੋ ਕੇ ਇਸ ਨੂੰ ਫਿੱਟ ਲੱਗੀ ਤਾਂ ਦੇਖ ਲੋ ਦੇਖਣੀ ਆਏ ਸੀਗੇ ਕੋਈ ਸ਼ਰਲਾ ਫਰਲਾ ਨਹੀਂ ਹੈਗਾ ਇਹ ਵੀਰ ਮੰਗਲੇ ਸਣਾ ਜਿਹਨੂੰ ਚਵਾਈ ਦਿਖਾ ਰਿਹਾ ਸੋਨੂੰ ਬਿਲਕੁਲ ਨਰਮ ਚਵਾਈ ਆ ਖੁੱਲਾ ਦੁੱਧਾ ਉਮੀਦ ਹੈਗੀ ਆ ਮਾਝੇ 19-20 ਕਿਲੋ ਤੱਕ ਵੀ ਜਾ ਸਕਦੀ ਆ ਪਰ ਪਹਿਲਾਂ ਕਿਹਾ ਮਾੜਾਗਾ ਜਦੋਂ ਦੁੱਧ ਤੇ ਤਿਆਰ ਹੋ ਗਈ ਜਦੋਂ ਆਪਾਂ ਦੱਸ ਵੀ ਦੇਵਾਂਗੇ ਇਸ ਟਾਈਮ 18 ਕਿਲੋ ਦੇ ਲਗਭਗ ਦੁੱਧੇ ਦਾ ਤਿਆਰ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਅਗਲੇ ਸਣਾ ਦੀ ਵੀ ਸੋਨੂੰ ਚਵਾਈ ਦਿਖਾ ਰਹੇ ਆ ਬਿਲਕੁਲ ਨਰਮ ਚਵਾਈ ਆ ਕੋਈ ਸ਼ਰਲਾ ਫਰਲਾ ਨਹੀਂ ਹੈਗਾ ਤੇ ਠੰਡਾ ਫੈਂਟ ਵੀ ਉੱਚੀ ਹੈ ਦੀ ਮੱਝ ਦੀ ਲਗਭਗ 70 ਤੋਂ ਬਾਰ-ਬਾਰ ਫੈਂਟ ਆ ਰਹੀ ਹੈ ਇਹਨੇ ਦੁੱਧ ਦੇ ਵੀ ਖੁੱਲੀ ਚਾਰੂਆ ਨਹੀਂ ਖਰਾਕ ਪਾਉਣੇ ਹੋਰ ਵੀ ਖਾਜੇ ਇਹ ਪਰ ਆਪਾਂ ਨੂੰ ਐ ਵੀ ਕਈ ਵਾਰ ਜਿਆਦਾ ਖਰਾਕ ਪਾਉਣ ਨਾਲ ਪਸ਼ੂ ਪਰ ਥੋੜੀ ਜਿਹੀ ਮੋਕ ਲੱਗ ਜਾਂਦੀ ਹੈ ਦੁੱਧ ਟੁੱਟ ਜਾਂਦਾ ਹੁਣ ਵੀ 6-7 ਕਿਲੋ ਖਰਾਕ ਤੇ ਹੈਗੀ ਹੈ ਜਿਹੜੀ ਆਪਾਂ ਪਾਉਣੇ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਤੁਸੀਂ 1,05,000 ਰੁਪਏ ਰੇਟ ਆ ਕੰਡੇ ਵਾਲਾ ਦੁੱਧਾ ਹੁਣੇ ਦੇ ਨਾਲ 18 ਕਿਲੋ ਦੇ ਲਗਭਗ ਦੁੱਧ ਤਿਆਰ ਕੱਲ ਨੂੰ ਹੋ ਸਕਦਾ 18 ਤੋਂ ਬਾਹਰ ਵੀ ਕਰ ਜੇ ਜੇ ਨਾਂ ਵੀ ਕੀ ਦੁੱਧ ਬੰਦ ਕਰ ਕੀ ਤਾਂ ਪੁਛਾ ਹਾਂ ਨਾਲ 10 ਵੀ ਦੇਵਾਂਗੇ ਇਹ ਹੁਣ ਅਗਲੇ ਥਾਣਾ ਦੀ ਚਵਾਈ ਕਰ ਗਿਆ ਗਾੜੀ ਵੀ ਇਹਦੀ 3.5 3 ਕਿਲੋ ਤੋਂ ਬਾਹਰ-ਬਾਰ 3.5 ਕਿਲੋ ਦੇ ਲਗਭਗ ਗਾੜੀ ਵੀ ਇਹਦੀ ਇੱਕ ਟਾਈਮ ਦੀ ਮੱਝ ਦੀ ਹੈਗੀ ਆ 3 ਕਿਲੋ ਤੋਂ ਬਾਹਰ-ਬਾਰ ਬਿਲਕੁਲ ਠੰਡੀ ਮੱਝ ਆ ਕਿ ਕੋਈ ਮਰਜ਼ੀ ਚਾਹੇ 10 ਬੰਦੇ ਬਦਲ ਕੇ ਬੈਠ ਜਾਣਾ ਕੰਡੇ ਵਾਲਾ ਦੁੱਧ ਮੇਰੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਕਿਤੇ ਮਿਲੂਗਾ ਇੰਨੇ ਭਾਜ ਵੀ ਇੰਨਾ ਦੁੱਧ ਕੰਡੇ ਵਾਲਾ ਕੋਈ ਤਿਆਰ ਕਰਕੇ ਜਾਂ ਕੰਡੇ ਦੇ ਧਰਕੇ ਦੇ ਦੂਗਾ ਬਾਕੀ ਮੱਝ ਦਾ ਜਿਹੜਾ ਸਰੀਰ ਆ ਉਹ ਤੁਹਾਡੇ ਸਾਹਮਣੇ ਆ ਚੰਗੀ ਆ ਚਾਹੇ ਮਾੜੀ ਆ ਪਰ ਦੁੱਧ ਨੂੰ ਖੋਲੀ ਆ 1.5 ਲੱਖ ਵਾਲੀ ਵੀ ਦੁੱਧ ਉਹਨਾਂ ਦੇ ਰਹੀ ਆ ਤੇ ਇਹ ਇੱਕ 5 ਵਾਲੀ ਵੀ ਦੁੱਧ ਉਹਨਾਂ ਹੀ ਦੇ ਰਹੀ ਆ ਰੇਟ ਆਪਣਾ ਦੇਣ ਲੈਣੀ ਹੁੰਦਾ ਉਹ ਵੀ ਫਰਕਦਾਰ ਨਹੀਂ ਹੁੰਦਾ ਦੋਨੇ ਮੱਝਾਂ ਮਗਰ ਕੱਟੇ ਨੇ ਗੈਸ ਟਾਈਮ ਜਿਸ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਆ ਆਪਾਂ ਸਕਰੀਨ ਤੇ ਡੇਟ ਵੀ ਚੱਲ ਰਹੀ ਆ ਡੇਟ ਆਪਾਂ ਤਾਂ ਪਾਉਣੇ ਹੁੰਨੇ ਆ ਕਈ ਵਾਰ ਵੀਰ ਆਪਣੇ ਕੋਲੇ ਜਿਹੜੀਆਂ ਮੱਝਾਂ ਹੁੰਦੀਆਂ ਦੋ ਤਿੰਨ ਦਿਨਾਂ ਬਾਅਦ ਲਗਭਗ ਉਹ ਵੀਡੀਓ ਵਾਲੀ ਮੱਝ ਹੁੰਦੀ ਨਹੀਂ ਆਪਣੇ ਕੋਲੇ ਤੇ ਕੱਲ ਆਪਾਂ ਵੀਡੀਓ ਪਾਈ ਸੀ ਗਰੁੱਪ 'ਚ ਚਾਰ ਮੱਝਾਂ ਸੀਗੀਆਂ ਤੁਹਾਨੂੰ ਦਿਖਦੀ ਵੀ ਰਹੀਆਂ ਸੀ ਸਕਰੀਨ 'ਤੇ ਜਿਹੜੇ ਵੀਰ ਆਪਣੇ ਨਾਲ ਗਰੁੱਪ 'ਚ ਜੁੜੇ ਹੋਏ ਨੇ ਅੱਜ ਦੋ ਮੱਝਾਂ ਇੱਕ ਤਾਂ ਪਹਿਲੀ ਸੇਲ ਹੋ ਗਈ ਦੀ ਪਰਸੋਂ ਇੱਕ ਅੱਜ ਮੱਝ ਸੇਲ ਹੋ ਗਈ ਸੀ ਉਹ ਦੋਨੇ ਅੱਜ ਚੜ ਗਈਆਂ ਮੱਝਾਂ ਚੜ ਕੇ ਬਾਗ ਗਈਆਂ ਮੱਝਾਂ ਬਿਲਕੁਲ ਨਰਮ ਜਵਾਈ ਆ ਜਿਸ ਕਿਸੇ ਵੀ ਇਹਨੇ ਲੈਣੀ ਹੋਵੇ ਸਕਰੀਨ 'ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਜਿੰਨਾ ਵੀ ਜੀ ਕਰੇ ਤੁਸੀਂ ਚਵਾਈ ਕਰ ਸਕੋ ਮੈਂ ਇੱਕ ਟਾਈਮ ਚਵਾਈ ਦਿਖਾ ਰਿਹਾਗਾ 18 ਕਿਲੋ ਦੇ ਲਗਭਗ ਦੁੱਧ ਤਿਆਰ ਆ ਹੋ ਸਕਦਾ ਕੱਲ ਨੂੰ ਵਧ ਵੀ ਜਾਵੇ ਜਾਂ ਖੜ ਵੀ ਸਕਦੀ ਐ ਮੱਝ ਤੇ 19 ਕਿਲੋ ਵੀ ਕਰ ਸਕਦੀ ਐ ਦੋ ਚਾਰ ਦਿਨਾਂ ਤੱਕ 20 ਵੀ ਕਰ ਸਕਦੀ ਐ ਪਰ ਪਹਿਲਾਂ ਕਿਹਾ ਮਾੜਾਗਾ ਜੇ ਕਈ ਵਾਰ ਨਾ ਵਿਕੀ ਤਾਂ ਵੀਰ ਮੈਨੂੰ ਹੋਈ ਫੋਨ ਵੀ ਕਰਕੇ ਪੁੱਛ ਸਕਦਾ ਵੀ ਕਿੰਨੇ ਦੁੱਧ ਦੇ ਮੱਝ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲੈ ਸਕਦਾ ਬਿਲਕੁਲ ਨਰਮ ਚਵਾਈ ਆ ਕੋਈ ਥਣ ਘੱਟ ਵੱਧ ਨਹੀਂ ਹੈਗਾ ਨਾਵ ਵਾਲੀ ਲੱਸੀ ਆ ਤੇ ਨਾਵ ਵਾਲੀ ਰਾਜੀ ਆ ਗਈ ਬਚਾ ਲੜਾ ਮੇਲਾ ਮੱਝ ਦਾ ਬਿਲਕੁਲ ਠੰਡੀ ਮੱਝ ਆ ਕੋਈ ਸਿੰਘ ਨਹੀਂ ਬਣਿਆ ਹੋਇਆ ਨਾਲ ਦਾ ਸਿੰਘ ਆ ਤੀਜੇ ਸੂਏ ਸੂਈ ਹੋਈ ਆ ਜਿਹੜੀ ਦੂਜੀ ਝੋਟੀ ਉਹਦੇ ਆਪਾਂ ਜਦੋਂ ਪੂਰੇ ਦੁੱਧ ਤੇ ਆ ਗਈ ਹਜੇ ਨੂੰ ਦੋ ਰਾਤਾਂ ਹੀ ਹੋਈਆਂ ਆਪਣੇ ਕੋਲੇ ਆਈ ਨੂੰ ਤੇ ਪਰਸੋਂ ਆਈ ਸੀ ਉਹ ਇਹ ਦੇਖੋ ਗਾੜੀ ਵੀ ਆਪਾਂ ਵੀਰ ਨੂੰ ਦਿਖਾ ਰਹੇ ਸੀ ਵੀ 3 ਕਿਲੋ ਤੋਂ ਬਾਹਰ ਬਾਹਰ ਗਾੜੀ ਹੈ ਕੋਲੇ ਖੜੇ ਸੀਗੇ ਵੀਰ ਇਹੇ ਹੁਣ ਆਪਾਂ ਪਿਛਲੇ ਸਾਲ ਦੀ ਜਵਾਈ ਕਰਦੇ ਹਾਂ ਕੋਈ ਥਣ ਘੱਟ ਵੱਧ ਨਹੀਂ ਹੈਗਾ ਜਿਹੜੇ ਹੁਣ ਮੰਗ ਮੂਰਲੇ ਸਾਲਾਂ ਚ ਵੀ ਦੁੱਧ ਜਾਂ ਪਾਉ ਕੋਈ ਪਾਈਆ ਪਾਲੇ ਅੱਧਾ ਭਾਅ ਵਾਲੇ ਅੱਧਾ ਕਿਲੋ ਵਾਲੇ ਉਹ ਆਪਾਂ ਬੱਚੇ ਨੂੰ ਛੱਡ ਦਾਂਗੇ ਪੂਰਾ ਡਬਲ ਬੱਚਾ ਹੈਗਾ ਬੱਚੇ ਦੇਣ ਤੋਂ ਵੀ ਬਹੁਤ ਟੌਪ ਦੀ ਮੱਝ ਹੈਗੀ ਜੇ ਕਿਸੇ ਨੇ ਬਰੀਡ ਵੀ ਤਿਆਰ ਕਰਨੀ ਹੈ ਘੱਟ ਪੈਸੇ ਲਾ ਕੇ ਨਹੀਂ ਤੁਹਾਨੂੰ ਪਤਾ ਹੀ ਹੈ ਵੀ 85-90000 ਰੁਪਿਆ 80-85-95 ਆਪਣੇ 8-10 ਕਿਲੋ ਦੁੱਧ ਵਾਲਿਆਂ ਦਾ ਹੀ ਰੇਟ ਹੋ ਰਿਹਾ ਦੁੱਧ 1.5 ਲੱਖ ਵਾਲੀ ਮੱਝ ਦੇ ਬਰਾਬਰ ਦੇ ਰਹੀ ਹੈ ਇਹ ਨਹੀਂ ਹੈਗਾ ਜੇ ਆਪਾਂ ਨੂੰ ਮੰਡੀ ਮਿਲ ਗਈ ਤਾਂ ਫਿਰ ਸਮੱਸਿਆ ਆਪਾਂ ਮਹਿੰਗੀ ਵੇਚਣੀ ਹੈ ਜਿਵੇਂ ਆਪਾਂ ਉਹਦਾ ਨਫਾ ਬਣਦਾ ਆਪੇ ਹਿਸਾਬ ਨਾਲ ਵੇਚਦੇ ਸੇਲ ਕਰ ਦਿੰਦੇ ਹੁੰਦੇ ਆ ਵਿੱਚ ਕਈ ਵੀਰਾਂ ਨੂੰ ਅੱਜ ਮਹਿੰਗੀ ਵੀ ਲੱਗਦੀ ਹੋਗੀ ਪਰ ਦੁੱਧ ਵੀ ਜ਼ਰੂਰ ਦੇਖ ਲਿਓ ਵੀ ਕਿੰਨਾ ਕੁ ਦੁੱਧ ਆ ਦੁੱਧ ਦੇ ਹਿਸਾਬ ਨਾਲ ਵੀ ਰੇਟ ਦਾ ਗੈਸ ਕਰ ਲਿਓ ਵੀ ਮਹਿੰਗੀ ਆ ਜਾਂ ਸਸਤੀ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਬਾਕੀ ਇਹ ਵੀਰ ਚੋਕ ਇਹ ਵੀ ਗਏ ਨੇ ਹੁਣ ਇਹਨਾਂ ਨਾਲ ਸੌਦਾ ਚਲੋ ਨਹੀਂ ਹੋਇਆ ਉਨੀ ਕੀ ਫਰਕ ਰਹਿ ਗਿਆ ਸਵੇਰੇ ਵੀ ਲੈ ਸਕਦੇ ਨੇ ਆ ਆ ਵੀ ਸਕਦੇ ਨੇ ਦੱਸਦੇ ਸੀਗੇ ਵੀ ਅਸੀਂ ਇਹਨਾਂ ਦੇ ਪਿੰਡ ਕਈ ਮੱਝਾਂ ਵਗੀਆਂ ਜਿਕੇ ਪੜਪਿੰਡ ਸੀ ਇਹਨਾਂ ਦਾ ਵੀਰਾਂ ਦਾ ਤੇ ਅੱਜ ਵੀ ਆ ਪੰਜ ਖੇਪੜੀ ਮੱਝ ਸਾਡੇ ਕੋਲ ਦੋ ਮੱਝਾਂ ਨਹੀਂ ਸੇਲ ਹੋਈਆਂ ਨੇ ਇੱਕ ਪਰਸੋਂ ਸੇਲ ਹੋਈ ਸੀ ਇੱਕ ਅੱਜ ਸੇਲ ਹੋਈ ਉਹ ਵੀ ਦੋਨੇ ਮੱਝਾਂ ਚ ਖੇਪਲੀ ਗੀਆਂ ਸੀ ਇੱਕ ਆਪਣੇ ਪਿੰਡੀ ਸੇਲ ਹੋ ਗਈ ਸੀ ਉਹ ਲੈ ਗਿਆ ਸੀ ਆਪਣੇ ਮਿੱਤਰ ਪੇਰਾ ਤਿੰਨ ਜਣਾਂ ਚ ਦੋ ਮੱਝਾਂ ਸੇਲ ਕਰਤੀਆਂ ਸੀ ਆਪਾਂ ਕੋਈ ਹਜੇ ਵੀਡੀਓ ਨਹੀਂ ਪਈ ਸੀ ਗਰੁੱਪ ਚ ਵੀ ਆਪਾਂ ਕੱਲ੍ਹ ਸ਼ਾਮ ਨੂੰ ਹੀ ਪਾਈ ਸੀਗੀ ਵੀਡੀਓ ਚਲੋ ਗਰੁੱਪ ਨਾਲ ਜੁੜੇ ਨੇ ਥੋੜਾ ਜਿਹਾ ਵੀਰ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਤੁਸੀਂ ਥਣਾ ਦੀ ਚਵਾਈ ਵੀ ਦੇਖ ਸਕਦੇ ਹੋ ਬਿਲਕੁਲ ਠੰਡੀ ਮੱਝ ਆਗੀ ਤੁਸੀਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਸੌਦਾ ਕਰਕੇ ਚਵਾਈ ਕਰਨੀ ਹੈ ਤੁਸੀਂ ਬਿਨਾ ਸੌਦੇ ਤੋਂ ਵੀ ਚਵਾਈ ਕਰ ਸਕਦੇ ਹੋ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਕਿ ਆਪਾਂ ਤਾਂ ਉਹ ਵੀ ਵੈਸੇ ਧਾਰ ਕੱਢਣੀ ਹੁੰਦੀ ਹੈ 5:30 5:30 ਵਜੇ ਧਾਰ ਕੱਢਦੇ ਆਪਾਂ 5:00 ਵਜੇ ਤੋਂ ਬਾਅਦ ਬਾਅਦ ਸਵੇਰੇ ਵੀ ਸ਼ਾਮ ਨੂੰ ਵੀ ਕੋਈ ਇਹ ਨਹੀਂ ਹੈਗਾ ਆਪਾਂ ਤਾਂ ਉਹ ਵੀ ਧਾਰ ਕੱਢਣੀ ਹੈ ਜੇ ਕੋਈ ਵੀਰ ਮਿੱਤਰ ਵੈਰਾ ਬਿਨਾ ਸੌਦੇ ਤੋਂ ਵੀ ਧਾਰ ਦੋ ਤਾਂ ਦੇਖਣਾ ਚਾਹੁੰਦਾ ਦੇਖ ਸਕਦਾ ਹੈਗਾ ਕੰਡੇ ਵਾਲਾ ਦੁੱਧ ਤਿਆਰ ਆ ਬਾਲਟੀ 'ਚ ਆਪਣੇ 11 ਕਿਲੋ ਦੁੱਧ ਠੰਡਾ ਪੈ ਜਾਂਦਾ ਬਾਲਟੀ ਬਿਲਕੁਲ ਡੱਕ ਦੂਗੀ ਇਹ ਜੇ ਲੀਟਰਾਂ ਨਾਲ ਮਿਲਣਾ ਹੋਵੇ ਤਾਂ 9.5 10 ਕਿਲੋ ਦੇ ਲਗਭਗ ਦੁੱਧ ਹੋ ਜੇ ਦਾ ਆਪਾਂ ਪਰ ਕੰਡੇ ਵਾਲਾ ਦੁੱਧ ਹੀ ਦਿਖਾਵਾਂਗੇ ਪੂਰਾ ਖੁੱਲਾ ਕਰਦਾ ਵੱਡਿਆਂ ਵਾਂਗ ਜਿੰਨਾ ਕਰਦਾ ਬਿਲਕੁਲ ਠੰਢੀ ਝੋਟੀ ਹੈਗੀ ਤੀਜਾ ਸੁਆਗਾ ਕੁੰਡਾ ਸਿੰਘ ਆ ਇਹਦਾ ਸਿੰਘ ਵੀ ਬਿਲਕੁਲ ਨਾਲ ਦਾ ਕੋਈ ਸਿੰਘ ਨਹੀਂ ਬਣਿਆ ਜਿਵੇਂ ਮੁਠੀ ਸਿੰਘਾ ਜਿਵੇਂ ਬੰਦ ਮੁਠੀ ਦੇਖਣ ਚ ਪਰ ਲੱਗਦਾ ਨਹੀਂ ਹੈਗਾ ਵੀ ਮੱਝ ਇਹਨਾਂ ਦੁੱਧ ਦੇ ਪਰ ਜਦੋਂ ਚੋਣੇ ਆ ਵਾਲਟੀ ਪਰ ਜਾਂਦਾ ਫੇਰ ਯਕੀਨ ਹੁੰਦਾ ਕਿਉਂ ਅੱਖੀਂ ਦੇਖਣ ਨਾਲ ਪਤਾ ਵੀ ਨਹੀਂ ਲੱਗਦਾ ਜਦੋਂ ਆਪਾਂ ਕੋਈ ਵੀ ਚੁਵਾਈ ਕਰਦੇ ਆ ਮੱਝ ਦਾ ਫੇਰ ਹੀ ਪਤਾ ਲੱਗਦਾ ਵੀ ਕਿੰਨਾ ਦੁੱਧ ਆ ਕਿਵੇਂ ਨਾ 6 ਤੋਂ 7 ਕਿਲੋ ਖਰਾਕ ਖਾ ਰਹੀ ਐ ਇਸ ਟਾਈਮ ਇਹ ਹੌਲੀ ਹੌਲੀ ਬਦਾ ਆ ਵੀਰਿਆ ਹੋ ਸਕਦਾ ਦੁੱਧ ਹੋਰ ਵੀ ਕਰ ਜੇ ਤੇ ਫੈਂਟ ਵੀ ਉੱਚੀ ਹੈ ਦੀ 7 ਕਿਲੋ ਦੇ ਬਾਰ ਬਾਰ ਫੈਂਟ ਆ ਰਹੀ ਹੈ ਇੰਨੇ ਦੁੱਧ ਤੇ ਵੀ ਇਹਦੀ ਮੰਗਰੇ ਦੇ ਕੱਟਾ ਦੋਨੇ ਮੱਜਾਂ ਦੇ ਮੰਗਰੀ ਕੱਟਾ ਹੈਗਾ ਦੂਜੀ ਦਾ ਰੇਟ ਹੈਗਾ 1.5 ਲੱਖ ਰੁਪਈਆ ਇਹਦਾ ਹੈਗਾ 1 ਲੱਖ 5000 ਰੁਪਈਆ ਰੇਟ ਆਪਣਾ ਦੇਣ ਲੈਣੀ ਹੁੰਦਾ ਕੋਈ ਆਪਣਾ ਰੇਟ ਚ ਆਪ ਫालतੂ ਨਹੀਂ ਮੰਗਦੇ ਕਿ ਵੀ ਆਪਾਂ 1.5 ਲੱਖ ਜਾਂ 2 ਰੂੜ ਮੰਗੀ ਚੱਲੀਏ ਰੂੜ ਵੀ ਮੰਗਦੇ ਆ ਜਿਸ ਕਿਸੇ ਵੀਰ ਨੂੰ ਐ ਲੱਗਦਾ ਵੀ ਇਹ ਮੱਝ ਇੱਥੋਂ ਆਏ ਜੇ ਲੱਗਦੀ ਆ ਜਾਂ ਆਏ ਜੇ ਨਹੀਂ ਲੱਗਦੀ ਥੋੜੀ ਜਿਹੀ ਲੱਸੀ ਆ ਲੈ ਆ ਜਾਂ ਲੱਗਦਾ ਤਾਂ ਉਹ ਇਹ ਮੱਝ ਛੱਡ ਦੇਣੇ ਜਿਹੜੀ 2 ਨੰਬਰ ਦੇ ਮੱਝ ਖੜੀ ਆ ਤਾਂ ਉਹਦੇ ਕੰਨੀ ਹੋ ਜਾਣ ਉਹ ਚਲੋ ਜਿਹੜੀ ਵੀ ਚੀਜ਼ ਦੇਖੋ ਜਿਹੇ ਜਿਹੇ ਅਗਲੇ ਡਿਮਾਂਡ ਮੰਗਦੇ ਹੋ ਜੀ ਪੂਰੀ ਵੀ ਉਹ ਪੈਸੇ ਨਾਲ ਹੀ ਪੂਰੀ ਹੋਣੀ ਆ ਬਾਈ ਜੀ ਕੋਈ ਵੀ ਆਪਾਂ ਚੀਜ਼ ਲੈਣੀ ਹੋਵੇ ਤਾਂ ਜਿਹੇ ਜਿਹੇ ਆਪਾਂ ਪੈਸੇ ਲਾਵਾਂਗੇ ਉਹ ਹੀ ਆਪਾਂ ਨੂੰ ਚੀਜ਼ ਮਿਲ ਜਾਂਦੀ ਆ ਦੁੱਧ ਸੇਮ ਆ ਦੋਨਾਂ ਦਾ ਰੇਟ ਦਾ 45-5000 ਰੁਪਏ ਦਾ ਫਰਕ ਪਿਆਗਾ ਦੁੱਧ ਸੇਮ ਆ ਦੁੱਧ ਤੁਸੀਂ ਬਾਲਟੀ ਵੀ ਦੇਖ ਸਕਦੇ ਹੋ ਦੇਖੋ ਕੰਨੀ ਤੱਕ ਆ ਗਈ ਝੱਗ ਵੀ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਚੜ ਗਈ ਮੱਝ ਦੇ ਲਗਭਗ ਐ ਮੰਨ ਕੇ ਚਲੋ ਰਿਫਟਾਂ ਤੱਕ ਦੁੱਧ ਇਹਦਾ ਆ ਗਿਆ ਬਾਲ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਵੀ ਸੌਦੇ ਤੋਂ ਬਿਨਾ ਚੋਣੀ ਤੁਸੀਂ ਬਿਨਾ ਸੌਦੇ ਤੋਂ ਵੀ ਚਵਾਈ ਕਰ ਸਕਦੇ ਹੋ 12 ਤਰੀਕ ਨੂੰ ਸ਼ਾਮ ਨੂੰ ਚਵਾਈ ਹੋ ਰਹੀ ਹੈ ਜੀ ਪਿਛਲੇ ਥਣਾ ਜੀ ਦੁੱਧ ਆਪਾਂ ਛੱਡਾਂਗੇ ਬੱਚੇ ਨੂੰ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਦੇ ਵਿੱਚ ਵਿੱਚ ਦੁੱਧ ਆਪਾਂ ਬੱਚੇ ਨੂੰ ਵੀ ਛੱਡਾਂਗੇ ਕੋਈ ਜਿਸ ਕਿਸੇ ਵੀ ਨੇ ਸੌਦਾ ਵੀ ਕਰਨਾ ਹੈ ਤਾਂ ਸਾਰਾ ਦੁੱਧ ਵੀ ਚੋ ਕੇ ਦੇਖ ਸਕਦੇ ਆਪਾਂ ਨੂੰ ਕੋਈ ਤਰਾਜ ਨਹੀਂ ਬੱਚੇ ਨੂੰ ਆਪਾਂ ਉਹ ਵੀ ਪਿਆ ਦੇਾਂਗੇ ਇਹ ਨੂੰ ਥੋੜਾ ਜਿਆਦਾ ਦਿਖ ਨਹੀਂ ਰਿਹਾ ਸਕਰੀਨ ਤੇ ਚਾਹ ਲਈਏ ਤਾਂ ਅੱਜ ਆਪਣਾ ਨੂੰ ਵੀਰਾਂ ਨੂੰ ਵੀ ਦਿਖਾ ਰਹੇ ਹਾਂ ਇਹ ਦੁੱਧ ਦੇਖ ਲਓ ਤੁਹਾਡੇ ਸਾਹਮਣੇ ਆਪਾਂ ਛੱਡਿਆ ਪਿਆਗਾ। ਬਾਲਟੀ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੱਥੋਂ ਤੱਕ ਹੋ ਗਈ। ਜੇ ਲੀਟਰਾਂ ਨਾਲ ਮੈਨ ਦਾ ਹੋਵੇ 9.5 ਲੀਟਰ ਦੇ ਲਗਭਗ ਦੁੱਧ ਹੋ ਜੂ ਇਹ। ਇਹ ਆਪੋ ਬੱਚਾ ਛੱਡਦਾ ਹੁਣ। ਇਹ ਕੈਮਰਾ ਬਿਲਕੁਲ ਬਾਲਟੀ ਦੇ ਉੱਪਰ ਆ। ਕੋਈ ਸਕਰੀਨ ਵਿੱਚ ਕੱਟ ਨਹੀਂ ਹੈਗਾ ਇਹ ਵੀਰ ਆਏ ਹੋਏ ਸੀਗੇ ਇਹਨਾਂ ਨੂੰ ਕਹੇ ਮੈਂ ਚਲੋ ਤੁਸੀਂ ਦੁੱਧ ਦੇਖ ਲਿਓ ਨਾਲੇ ਦਿਖਾ ਦਿਓ ਇਹ ਆਪਣੇ ਕੰਡੇ ਦੀ ਥੋੜੀ ਜਿਹੀ ਬੈਟਰੀ ਡਾਊਨ ਹੋ ਰਹੀ ਆ ਉਹਦੀ ਲੋ ਮਾਰ ਜਾਂਦਾ ਕਈ ਮਹੀਨੇ ਹੋ ਗਏ 2-3 ਮਹੀਨੇ ਹੋ ਗਏ ਨੂੰ ਖਰਾਬ ਹੋਏ ਨੂੰ ਪਰ ਇਹ ਨਾਲ ਦੀ ਨਾਲ ਹੀ ਚਾਰਜ ਤੇ ਲਾਉਣਾ ਪੈਂਦਾ ਹੈਗਾ ਬੈਟਰੀ ਪਾਉਣ ਦਾ ਟਾਈਮ ਨਹੀਂ ਲੱਗਦਾ ਆਪਾਂ ਵਾਲਟੀ ਧਰ ਕੇ ਬਿਲਕੁਲ ਜ਼ੀਰੋ ਕਰਤਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜ਼ੀਰੋ ਹੋ ਗਿਆ ਕਿਲੋਆਂ ਚ ਦੁੱਧ ਹੈ ਕੋਈ ਲੀਟਰ ਵਾਲਾ ਦੁੱਧ ਨਹੀਂ ਹੈਗਾ ਕਿਲੋਆਂ ਚ ਦਿਖਾ ਰਹੇ ਆ ਸੋਨੂੰ ਇਹ ਦੇਖੋ 8 ਕਿਲੋ 300 ਗ੍ਰਾਮ ਦੁੱਧ ਹੋ ਗਿਆ ਪੂਰਾ 305 ਗ੍ਰਾਮ ਤੇ 7 800 ਗ੍ਰਾਮ ਦੁੱਧ ਲਗਭਗ ਆਪਾਂ ਬੱਚੇ ਨੂੰ ਛੜਤਾ ਸੋਡੇ ਮੂਰੀ ਆਪਾਂ ਚ ਸਾਰਾ ਦੁੱਧ ਵੀ ਚੋ ਕੇ ਦੇਖ ਸਕਦੇ ਆ 18 ਕਿਲੋ ਦੇ ਲਗਭਗ ਦੁੱਧ ਹੁਣ ਤਿਆਰ ਆ ਮਾ ਜੇ ਥੱਲੇ 8 ਕਿਲੋ 305 ਗ੍ਰਾਮ ਦੁੱਧ ਹੋ ਗਿਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਤੁਸੀਂ ਕੰਟੈਕਟ ਵੀ ਕਰ ਲੈ ਬੱਚਾ ਵੀ ਤੁਹਾਡੇ ਸਾਹਮਣੇ ਚੁੰਗੀ ਜਾਂਦਾ ਹੁਣ ਬੱਚੇ ਨੂੰ ਚਾਹੀ ਨਹੀਂ ਵੀ ਛੱਡਣਾ ਤਾਂ ਨਹੀਂ ਤੁਸੀਂ ਨਾ ਵੀ ਛੱਡਦੇ ਹੋ 18 ਕਿਲੋ ਦੇ ਲਗਭਗ ਦੁੱਧ ਤਿਆਰ ਆ ਇਹ ਵਿੱਚੋਂ ਝੱਗ ਝੁਗੀ ਜੀ ਰਹਿ ਗਈ ਸੀ ਇਹਨੂੰ ਮੈਂ ਵੀਰ ਨੂੰ ਕਿਹਾ ਵੀ 15-20 ਗ੍ਰਾਮ ਦਾ ਝੱਗ ਦਾ ਹੀ ਵਜ਼ਨ ਹੋ ਜਾਂਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਸਸਰੀ ਕਾਲ ਜੀ ਸਾਰਿਆਂ ਨੂੰ